ਸ਼੍ਰੀ ਅਕਾਲ ਪੰਜਾਬ ਭਾਰਤ ਤੇ ਅਮਰੀਕਾ ਦੀਆਂ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀਆਂ ਦੇ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਡੇਲੀ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਰਜਨੀ ਕੌਰ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ 2600 ਸਿੱਖ ਸ਼ਰਧਾਲੂ ਵੀਰਵਾਰ ਨੂੰ ਵਾਹਗਾ ਰੇਲਵੇ ਸਟੇਸ਼ਨ ਪਹੁੰਚੇ ਅਤੇ ਗੂਗਲ ਇੰਡੀਆ ਨੂੰ ਸਾਕਸ਼ੀ ਭਾਰਦਵਾਜ ਨਾਮ ਦੀ ਮਹਿਲਾ ਦੇ ਸਾਰੇ ਵੀਡੀਓਜ਼ ਹਟਾਉਣ ਦੇ ਨਿਰਦੇਸ਼। ਭਾਰਤ ਵਿੱਚ ਚੀਨ ਨੇ ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਆਤੰਕਵਾਦੀ ਘੋਸ਼ਿਤ ਕਰਨ ਦੀ ਹੋਰ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿੰਨਾ ਦੀ ਬੇਟੀ ਡੀਨਾ ਵਾਡੀਆ ਦਾ ਨਿਧਨ ਹੋ ਗਿਆ। ਅਮਰੀਕਾ ਵਿੱਚ ਭਾਰਤ ਨੇ US ਦੁਆਰਾ ਦਸ਼ਕਾਂ ਤੋਂ ਕਿਊਬਾ ਉੱਤੇ ਲਗਾਈ ਗਈ ਪਾਬੰਦੀ ਦੀ ਖੁੱਲ੍ਹੇ ਤੌਰ ਉੱਤੇ ਖਿਲਾਫਤ ਕੀਤੀ ਅਤੇ ਪ੍ਰੈਸੀਡੈਂਟ ਡੋਨਲਡ ਟਰੰਪ ਨੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਲਈ ਜੈਰੋਮ ਪੋਵਲ ਨੂੰ ਨਾਮਾਂਕਿਤ ਕੀਤਾ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ, ਭਾਰਤ ਤੇ ਅਮਰੀਕਾ ਦੀਆਂ ਮਹੱਤਵਪੂਰਨ ਖ਼ਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।